ਤੇ ਮੇਰੇ ਨਾਲ ਹੈਗੇ ਆ ਬਹੁਤ ਫੇਮਸ ਸਿੰਗਰ ਗੈਰੀ ਸਿੰਧੂ ਪਾਜੀ ਜੀ, ਜਿਨ੍ਹਾਂ ਦੇ ਦਿੱਲੀ ਵਿੱਚ ਪੂਰੇ ਇੰਡੀਆ ਪੂਰੇ ਵਰਲਡ ਦੇ ਵਿੱਚ ਬਹੁਤ ਹੀ ਜ਼ਿਆਦਾ ਫੈਨ ਹੈਗੇ ਆ, ਤੇ ਮੈਂ ਉਹਨਾਂ ਦੇ ਨਾਲ ਤੁਹਾਡਾ ਨੂੰ ਰੂਬਰੂ ਕਰਾਉਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਸਰਵਗਾਹ ਗੁਰੀ ਸਤਿ ਸ਼੍ਰੀ ਅਕਾਲ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਆ ਜਾ ਹੁਣ ਪੁੱਛ ਲਈ। ਤੇ ਭਾਜੀ ਹੁਣ ਸਭ ਤੋਂ ਪਹਿਲੇ ਤੁਸੀਂ ਹੁਣ ਹਵੇਲੀ ਆ, ਤੁਹਾਨੂੰ ਕਿਵੇਂ ਦਾ ਐਟਮੋਸਫੇਅਰ ਲੱਗਦਾ ਇੱਧਰ? ਹਵੇਲੀ ਮੈਨੂੰ ਹਲੇ ਬੈਕ ਨੋਟ ਨਹੀਂ ਲੈ ਕੇ ਆਇਆ, ਹਲੇ ਮੈਂ ਜਾਣਾ ਸਟੇਜ ਤੇ, ਲੈਟਸ ਸੀ ਵਾਟ ਹੈਪਨਸ। ਓਕੇ, ਹਾਂਜੀ। ਔਰ ਭਾਜੀ ਵੈਸੇ ਵੀ ਤੁਹਾਡਾ ਜਿਹੜਾ ਲਾਸਟ ਟ੍ਰੈਕ ਨਿਕਲਿਆ ਸੀ ਉਹ ਬਹੁਤ ਹੀ ਲੋਕਾਂ ਨੇ ਪਸੰਦ ਕੀਤਾ ਹੈ, ਔਰ ਸਾਰੇ ਇਹ ਸੋਚ ਰਹੇ ਤੁਸੀਂ ਬਾਲੀਵੁੱਡ ਦੇ ਵਿੱਚ ਕਰ ਆ ਰਹੇ ਹੋ। ਬਾਲੀਵੁੱਡ ਵਿੱਚ ਅੱਜ ਸਲਮਾਨ ਖਾਨ ਜੀ ਨਾਲ ਮੀਟਿੰਗ ਸੀ ਮੇਰੀ ਦਿੱਲੀ ਆ ਮੇਰੀ। ਅੱਛਾ, ਤੇ ਦੇਖੋ ਲੈਟਸ ਸੀ ਵਾਟ ਹੈਪਨਸ ਜਲਦੀ ਆ ਰਹੇ ਹੋ। ਔਰ ਭਾਜੀ ਮਤਲਬ ਕਿ ਕਾਫੀ ਲੋਕਾਂ ਨੂੰ ਨਾ ਤੁਹਾਡਾ ਬ੍ਰਾਂਡ ਚੱਲ ਰਿਹਾ ਹੈ, ਤੇ ਉਹਦੀ ਥੋੜੀ ਨੌਲੇਜ ਲੈਣਾ ਚਾਹੁੰਦਾ, ਕਿੱਦੋਂ ਤੁਹਾਡੇ ਬ੍ਰਾਂਡ ਦੇ ਸ਼ੋਰੂਮ ਹੈਗੇ ਪਰਚੇਸ ਕਰ ਸਕਦੇ ਨੇ? ਹਾਂਜੀ, ਆਪਣੇ ਕੋਲ ਵੈਸੇ ਪੰਜਾਬ ਵਿੱਚ 8 ਸਟੋਰ ਹੈ, ਪਰ ਦਿੱਲੀ ਵਿੱਚ ਆਲ ਓਵਰ ਦਾ ਵਰਲਡ ਵੈਰੀ ਸੂਨ। ਓਕੇ, 5-6 ਮਹੀਨੇ ਵਿੱਚ ਆਪਾਂ ਵਰਲਡ ਵਾਈਡ ਕਰਾਂਗੇ, ਸੋ ਦਿੱਲੀ ਡੈਫੀਨਿਟ ਕਰਾਂਗੇ। ਓਕੇ ਓਕੇ, ਔਰ ਭਾਜੀ ਹੁਣ ਜੋ ਤੁਹਾਡਾ ਮਤਲਬ ਕਿ ਹਰ ਇੱਕ ਸਿੰਗਰ ਦੇ ਵਿੱਚ ਇਹ ਹੁੰਦਾ ਕਿ ਉਹਦਾ ਕੋਈ ਲੀਡਿੰਗ ਸਿੰਗਰ ਹੁੰਦਾ ਜਿਹਦੇ ਨਾਲ ਉਹ ਕੰਮ ਕਰਨਾ ਚਾਹੁੰਦਾ ਹੈ, ਤੁਸੀਂ ਛੋਟੇ ਨੂੰ ਕਿਹਨੂੰ ਫੋਲੋ ਕਰਦੇ ਹੋ, ਕਿਹਨੂੰ? ਮੈਂ ਕਿਹਨੂੰ ਕਿਹਦੇ ਨਾਲ ਕੰਮ ਕਰਨਾ ਚਾਹੁੰਦਾ? ਹਾਂਜੀ, ਮੈਂ ਕਰਨਾ ਚਾਹੁੰਦਾ ਕੰਮ ਡਰੇਕ ਨਾਲ। ਅੱਛਾ, ਹਾਂ, ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਮੇਰਾ ਗਾਣਾ ਆ ਰਿਹਾ ਵੈਸੇ ਆਪਣੇ ਟੋਰੀ ਲੇਨਸ। ਅੱਛਾ, ਹਾਂਜੀ, ਉਹ ਦਾ ਗਾਣਾ ਹੈ, ਮੈਨੂੰ ਪਤਾ ਨਹੀਂ ਮੈਨੂੰ ਗਾਣਾ ਨਾ ਇੰਗਲਿਸ਼ ਵਿੱਚ। ਅੱਛਾ, ਟੋਰੀ ਲੇਨਸ ਕਹਿਣ ਕਹਿਣ ਮੇਰਾ ਗਾਣਾ ਜਲਦੀ ਆ। ਓਕੇ, ਬਹੁਤ ਹੀ ਵਧੀਆ। ਔਰ ਭਾਜੀ ਹੁਣ ਆਪਣੇ ਫੈਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਬਹੁਤ ਜ਼ਿਆਦਾ ਬਹੁਤ ਸਾਰੇ ਜਿਹੜੇ ਗਰੀਬ ਹੈਗੇ ਨੇ ਜੋ ਕਾਫੀ ਨੀਚੀ ਫੈਮਿਲੀ ਤੋਂ ਉਹਨਾਂ ਨੂੰ ਸਪੋਰਟ ਨਹੀਂ ਮਿਲਦਾ, ਤੇ ਉਹਨਾਂ ਦੇ ਲਈ ਉਹ ਕੀ ਕਰ ਸਕਦੇ, ਕਿੱਦਾਂ ਵੱਧ ਸਕਦੇ? ਆਈ ਥਿੰਕ ਜੇ ਕੋਈ ਸਿੰਗਰ ਗਰੀਬ ਸਿੰਗਰ ਆ, ਆਈ ਥਿੰਕ ਮੈਂ ਹੁਣ ਸੱਚ ਬੋਲਾਂਗਾ ਝੂਠੇ ਬੋਲਾਂ, ਹਾਂਜੀ ਸਰ, ਸਿੰਗਿੰਗ ਵੀ ਨਾਲ ਨਾਲ ਰੱਖੋ ਪਰ ਕੰਮ ਜ਼ਰੂਰ ਕਰਨਾ, ਜੋ ਕੰਮ ਕਰਨਾ ਬਹੁਤ ਜ਼ਰੂਰੀ ਹੈ, ਕਰਕੇ ਸਮ ਟਾਈਮ ਇਟਸ ਆਪਣੀ ਜਿਹੜੀ ਜਿਹੜੀ ਮਿਊਜ਼ਿਕ ਲਾਈਫ ਹੈ ਨਾ, ਇਟਸ ਲਾਈਕ ਕਿਸੇ ਕਿਸੇ ਦਾ ਪਤਾ ਪੈ ਗਿਆ ਕਿਸੇ ਦਾ ਨਹੀਂ ਪੈ ਗਿਆ, ਆਈ ਥਿੰਕ ਕੰਮ ਵੀ ਕਰੋ ਨਾਲ ਨਾਲ ਸ਼ੌਂਕ ਵੀ ਪੂਰੇ ਕਰੋ। ਜੇ ਮੇਰਾ ਮੈਨੂੰ ਲੱਗਦਾ ਮੇਰਾ ਖੁਦ ਲੱਗ ਗਿਆ ਆਹ ਖਾਨ ਸੇ ਐਨੀਥਿੰਗ, ਬਟ ਕੰਮ ਕਰਨਾ ਬਹੁਤ ਜ਼ਰੂਰੀ। ਬਟ ਰੀਸੈਂਟਲੀ ਜਿਵੇਂ ਇੱਕ ਜੀ ਕੈਂਬੀ ਭਾਜੀ ਦਾ ਆਇਆ ਸਾਹਮਣੇ ਇੰਟਰਵਿਊ, ਤੇ ਕਿਸੇ ਕੀ ਕਹਿਣਾ ਚਾਹੋਗੇ? ਕੈਂਬੀ ਵੀਰਾ ਉਹ ਸਟੂਡੈਂਟ ਸੀ ਬਾਹਰ, ਤੇ ਉਹਨੂੰ ਤਾਂ ਵੈਸੇ ਸਾਰਾ ਕੁਛ ਜਿੱਦਾਂ ਪਤਾ ਸੀ ਮੈਂ ਚਲੇ ਜਾਣਾ, ਮੈਂ ਸੀਗਾ ਮੈਨੂੰ ਕੁਛ ਪਤਾ ਨਹੀਂ ਸੀ, ਕਰਕੇ ਮੇਰੇ ਕੋਈ ਵੀਜ਼ਾ ਨਹੀਂ ਸੀ, ਕੋਈ ਪਾਸਪੋਰਟ ਨਹੀਂ ਸੀਗਾ, ਤੇ ਮੈਨੂੰ ਤਾਂ ਚਲੋ ਕਹਿੰਦੇ ਧੱਕੇ ਨਾ ਕੱਢਿਆ ਉਹਨਾਂ ਨੇ, ਉਹ ਆਪਣੀ ਮਰਜ਼ੀ ਨਾਲ। ਓਕੇ, ਥੈਂਕ ਯੂ ਸੋ ਮਚ ਭਾਜੀ, ਆਪਣੀ ਗੱਲਾਂ ਆਪਣੇ ਦਿਲ ਦੀ ਗੱਲਾਂ ਸ਼ੇਅਰ ਕਰਨ ਵਾਸਤੇ, ਤੇ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਿੰਗਲ ਸੌਂਗ ਤੁਸੀਂ ਸੁਣਾ ਦਿਓ ਆਪਣੇ ਫੈਨਸ ਨੂੰ। ਮੰਡੇ ਸ਼ਾਮ ਓਏ ਪੂਚਾ ਵਾਲਾ ਸੁਰਮਾ ਪਾ ਕੇ ਜਦੋਂ ਕਲੱਬ ਨੂੰ ਜਾਵੇ, ਮੋਟੇ ਮੋਟੇ ਹਰਨੀ ਵਰਗੇ ਨੈਣ ਕੁੜੀ ਮਟਕਾਵੇ, ਓਏ ਪੂਚਾ ਵਾਲਾ ਸੁਰਮਾ ਪਾ ਕੇ ਜਦੋਂ ਕਲੱਬ ਨੂੰ ਜਾਵੇ, ਮੋਟੇ ਮੋਟੇ ਹਰਨੀ ਵਰਗੇ ਨੈਣ ਕੁੜੀ ਮਟਕਾਵੇ, ਸੋਹਣੀ ਲੁੱਕ ਕਿਲ ਕਰੀ ਜਾਵੇ ਮੁੰਡੇ ਕਿਲ, ਹੱਥਾਂ ਵਿੱਚ ਵੜ ਵੜ ਬੈਠੇ ਸਭ ਦਿਲ, ਸੋਹਣੀ ਲੁੱਕ ਕਿਲ ਕਰੀ ਜਾਵੇ ਮੁੰਡੇ ਕਿਲ, ਹੱਥਾਂ ਵਿੱਚ ਵੜ ਵੜ ਬੈਠੇ ਸਭ ਦਿਲ। ਓਏ ਥੈਂਕ ਯੂ ਸੋ ਮਚ।